ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ, ਜਿਹੜੀ ਹੁਣ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਇਹ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ, ਕਿਉਂਕਿ ਆਪਾਂ ਬੜੀ ਵਾਰ ਦੇਖਦੇ ਹਾਂ ਕਿ ਜਿਹੜੇ ਬੱਚੇ ਨਾਬਾਲਗ ਹੁੰਦੇ ਆ, ਅੰਡਰ ਏਜ ਹੁੰਦੇ ਆ, ਜਿਨ੍ਹਾਂ ਦਾ ਲਾਇਸੈਂਸ ਨਹੀਂ ਹੁੰਦਾ, ਉਹ ਬੜੀ ਵਾਰ ਗੇਮਾਂ ਦੇਖ ਕੇ, ਰੀਲਾਂ ਦੇਖ ਕੇ, ਵੀਡੀਓਜ਼ ਦੇਖ ਕੇ, ਵੱਡੇ ਵੱਡੇ ਕਲਾਕਾਰਾਂ ਨੂੰ ਦੇਖ ਕੇ ਮਾਂ ਪਿਓ ਅੱਗੇ ਜਿੱਦ ਕਰਦੇ ਆ ਕਿ ਅਸੀਂ ਵੀ ਗੱਡੀ ਚਲਾਉਣੀ ਹੈ, ਵਾਹਨ ਚਲਾਉਣਾ, ਪਰ ਹੁਣ ਇੱਕ ਨਾਬਾਲਗ ਨੂੰ ਵਾਹਨ ਦੇਣ ਦਾ ਨਤੀਜਾ ਸਾਹਮਣੇ ਆਇਆ, ਇੱਕ ਪਰਿਵਾਰ ਦਾ ਚਿਰਾਗ ਇੱਕ ਹਾਦਸੇ 'ਚ ਬੁੱਝ ਗਿਆ ਅਤੇ ਦੂਜਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ। ਬਟਾਲਾ ਨੇੜੇ ਪਿੰਡ ਬਹਾਦਰ ਸੈਣ ਵਿਖੇ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਇੰਨਾ ਦਰਦਨਾਕ ਸੀ, ਖੌਫਨਾਕ ਸੀ ਕਿ ਇੱਕ ਮੋਟਰਸਾਈਕਲ ਦੂਜੇ ਮੋਟਰਸਾਈਕਲ ਵਿੱਚ ਵੱਜਾ ਤਾਂ ਬੁਲਟ ਮੋਟਰਸਾਈਕਲ ਦਾ ਇੰਜਣ ਹੀ ਪਾਟ ਗਿਆ ਸੀ। ਇਸ ਹਾਦਸੇ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੋਟਰਸਾਈਕਲ ਦੀ ਸਪੀਡ ਕਿੰਨੀ ਤੇਜ਼ ਹੋਵੇਗੀ ਅਤੇ ਨਾਲ ਦੀ ਨਾਲ ਕਿੱਡੇ ਜ਼ੋਰ ਦੀ ਨਾਲ ਮੋਟਰਸਾਈਕਲ ਇੱਕ ਦੂਜੇ ਵਿੱਚ ਵੱਜੇ ਹੋਣਗੇ ਕਿ ਬੁਲਟ ਦਾ ਇੰਜਣ ਹੀ ਪਾਟ ਗਿਆ। ਇੱਕ ਵਿਦਿਆਰਥੀ 10ਵੀਂ ਜਮਾਤ ਵਿੱਚ ਪੜ੍ਹਦਾ ਹੈ, ਪੈਟਰੋਲ ਪੰਪ ਤੋਂ ਤੇਲ ਪਵਾ ਕੇ ਆਪਣੇ ਘਰ ਜਾਣ ਲਈ ਪੈਟਰੋਲ ਪੰਪ ਤੋਂ ਨਿਕਲਿਆ, ਦੂਸਰੇ ਪਾਸਿਓ ਦੂਸਰੇ ਵਿਦਿਆਰਥੀ ਜਿਹੜੇ ਬੁਲਟ ਮੋਟਰਸਾਈਕਲ 'ਤੇ ਬਟਾਲਾ ਵੱਲੋਂ ਆਪਣੇ ਪਿੰਡ ਜਾਣ ਲਈ ਆ ਰਹੇ ਸੀ, ਦੋਨਾਂ ਦੀ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਅਤੇ 10ਵੀਂ ਜਮਾਤ 'ਚ ਪੜ੍ਹਨ ਵਾਲਾ ਵਿਦਿਆਰਥੀ ਸ਼ਹਿਬਾਜ਼ ਸਿੰਘ ਦੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ। ਮਾਪਿਆਂ ਦਾ ਇੰਨਾ ਬੁਰਾ ਹਾਲ ਹੈ ਕਿ ਦੇਖਣਾ ਵੀ ਮੁਸ਼ਕਿਲ ਸੀ। ਦੂਸਰੇ ਪਾਸੇ ਜੋ ਦੂਸਰਾ ਵਿਦਿਆਰਥੀ ਬੁਲਟ ਮੋਟਰਸਾਈਕਲ 'ਤੇ ਆ ਰਿਹਾ ਸੀ, ਉਹ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ। ਉਸਦੀ ਉਮਰ ਮਹਿਜ਼ 21 ਤੋਂ 22 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ 12ਵੀਂ ਜਮਾਤ ਦਾ ਉਹ ਵਿਦਿਆਰਥੀ ਹੋ ਸਕਦਾ। ਮ੍ਰਿਤਕ ਸ਼ਹਿਬਾਜ਼ ਜੋ 10ਵੀਂ ਜਮਾਤ ਵਿੱਚ ਪੜ੍ਹਦਾ ਸੀ, ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਸ ਮੌਕੇ ਸ਼ਹਿਬਾਜ਼ ਸਿੰਘ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸ਼ਹਿਬਾਜ਼ ਸਿੰਘ ਮੇਰੇ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਸੀ, ਛੁੱਟੀ ਤੋਂ ਬਾਅਦ ਆਪਣੇ ਘਰ ਜਾਣ ਲੱਗਿਆ ਤਾਂ ਇਤਨਾ ਹਾਦਸਾ ਵਾਪਰ ਗਿਆ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ, ਬਹੁਤ ਹੀ ਭਿਆਨਕ ਹਾਦਸਾ ਹੋਇਆ ਕਿ ਇੱਕ ਬੱਚਾ ਜਿਹੜਾ ਆ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਅਤੇ ਦੂਜਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ। ਤਾਂ ਇੱਥੇ ਨਾਲ ਦੀ ਨਾਲ ਸਕੂਲ ਵਾਲਿਆਂ ਨੂੰ ਵੀ ਚਾਹੀਦਾ ਕਿ ਜਿਹੜੇ ਬੱਚੇ ਅੰਡਰ ਏਜ ਨੇ, ਜੇ ਉਹ ਮੋਟਰ ਵਹੀਕਲ 'ਤੇ ਆਉਂਦੇ ਆ ਤਾਂ ਮਾਂ ਪਿਓ ਨਾਲ ਗੱਲਬਾਤ ਕਰਕੇ ਇਹ ਰਾਹ ਲੱਭਿਆ ਜਾਵੇ ਕਿ ਬੱਚੇ ਜਾਂ ਤਾਂ ਸਕੂਲ ਬੱਸ 'ਚ ਆਉਣ ਅਤੇ ਰੂਲਸ ਜਿਹੜੇ ਉਹਨਾਂ ਨੂੰ ਡਿਸਓਬੇ ਨਾ ਕੀਤਾ ਜਾਵੇ ਤਾਂ ਜੋ ਇੱਦਾਂ ਦੇ ਹਾਦਸੇ ਆਉਣ ਵਾਲੇ ਸਮੇਂ ਵਿੱਚ ਨਾ ਵਾਪਰਨ। ਦਿਖਾਉਂਦੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਸਰ, ਕੀ ਨਾਮ ਜੀ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ, ਮੈਂ ਪ੍ਰਿੰਸੀਪਲ ਐਵਰੇਜ ਪਬਲਿਕ ਸਕੂਲ ਬਹਾਦਰ ਸੈਨ ਕਲਾਂ। ਅੱਜ ਕੀ ਹੋਇਆ, ਕੀ ਮਸਲਾ? ਐਕਚੁਲੀ ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ਹਿਬਾਜ਼ ਸਿੰਘ, ਸਨ ਆਫ ਰਾਮ ਸਿੰਘ, ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ। ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ 'ਤੇ ਇੱਕ ਪੰਪ ਆ, ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪੈਟਰੋਲ ਭਰਵਾ ਕੇ ਬਾਹਰ ਨਿਕਲਿਆ ਅਤੇ ਬਟਾਲਾ ਵਾਲੀ ਸਾਈਡ 'ਤੇ ਇੱਕ ਤੇਜ਼ ਰਫ਼ਤਾਰ 'ਚ ਬੁਲਟ 'ਤੇ ਉਹ ਵੀ ਇੱਕ ਬੱਚਾ ਆ, ਉਹ ਵੀ ਆਈ ਥਿੰਕ +1-2 ਦਾ ਵਿਦਿਆਰਥੀ ਆ, ਪਿੰਡ ਮਸਾਣੀਆਂ। ਇਹ ਦੋਨਾਂ ਦਾ ਆਪਸ 'ਚ ਕੁਲੇਸ਼ਨ ਹੋਇਆ ਆ ਅਤੇ ਸ਼ਹਿਬਾਜ਼ ਸਿੰਘ ਦੀ ਜਿਹੜੀ ਆਨ ਸਪੋਟ ਹੀ ਡੈਥ ਹੋਈ ਹੈ ਜੀ। ਕਿੰਨੀਆਂ ਕੁ ਸੱਟਾਂ ਲੱਗੀਆਂ ਸੀ ਬੱਚੇ ਦੇ ਸ਼ਹਿਬਾਜ਼ ਸਿੰਘ? ਸ਼ਹਿਬਾਜ਼ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇੰਜਰੀਜ਼ ਆਈਆਂ ਨੇ, ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ। ਦੂਸਰਾ ਬੱਚਾ ਅੰਦਰ ਜ਼ੇਰੇ ਇਲਾਜ ਆ ਜਿਹੜਾ, ਉਹ ਵੀ ਕਾਫੀ ਗੰਭੀਰ ਜ਼ਖਮੀ ਹੈ। ਇਸ ਬੱਚੇ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਭੈਣ ਭਰਾ ਨੇ ਕੁੱਲ, ਮਤਲਬ ਮਾਂ ਬਾਪ ਦਾ ਇਕਲੌਤਾ ਹੀ ਬੱਚਾ ਸੀ? ਇਸ ਸ਼ਸ਼ਪਾਲ ਸਿੰਘ, ਇਹ ਸਾਨੂੰ ਇਨਫੋਰਮੇਸ਼ਨ ਮਿਲੀ ਜੀ, ਹੁਣੇ ਕਾਲ ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪੈਟਰੋਲ ਪੰਪ 'ਤੇ, ਜਸਟ ਹੁਣੇ ਆਏ ਹੀ ਆ। ਆਣ ਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸ਼ਹਿਬਾਜ਼ ਸਿੰਘ ਸੀਗਾ, ਛੋਟੀ ਉਮਰ ਦਾ ਲੜਕਾ ਸੀ, ਅਤੇ ਇਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ।
ਇੱਕ ਬੁਲਟ ਮੋਟਰਸਾਈਕਲ 'ਤੇ ਰਣਬੀਰ ਸਿੰਘ ਆ ਰਿਹਾ ਸੀਗਾ, ਜੋ ਇਹਨਾਂ ਦੀ ਟੱਕਰ ਹੋਈ ਸੜਕ ਦੇ ਵਿੱਚ। ਬਾਕੀ ਤਫਤੀਸ਼ ਕਰ ਰਹੇ ਹਾਂ ਜੀ, ਜਿਹੜੀ ਵੀ ਗੱਲ ਸਾਹਮਣੇ ਕੀ ਹਾਂ ਅਜੇ ਕਲੀਅਰ ਨਹੀਂ ਆ। ਫੋਨ ਇੱਥੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ, ਸਹਿਬਾਜ਼ ਸਿੰਘ ਦੀ ਇੱਕ ਦੀ। ਹਾਂਜੀ, ਹਾਂ ਦੂਸਰੇ ਨੂੰ, ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹੋਸਪਿਟਲ ਨੇ। ਇੱਕ ਤਾਂ ਵਿਦਿਆਰਥੀ ਕਲੀਅਰ ਹੀ ਆ ਪਤਾ ਲੱਗਾ, ਜਿਹੜਾ ਸਹਿਬਾਜ਼ ਸਿੰਘ ਹੈ ਜੀ, ਅਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜ੍ਹਦਾ ਹੀ ਹੈ ਜੀ। ਬਾਕੀ ਜੋ ਕਲੀਅਰ ਹੋਊਗੀ।